ਜਦੋਂ ਸਾਡੇ ਤੇ ਵਿਪਤਾਵਾਂ ਆਉਂਦੀਆਂ, ਜਦੋਂ ਸਾਡੇ ਤੇ ਪਰੇਸ਼ਾਨੀਆਂ ਆਉਂਦੀਆਂ, ਤੇ ਅਸੀਂ ਅੱਗੇ ਵਧਣ ਦੀ ਬਜਾਏ ਅਸੀਂ ਪਛਾਣ ਤੁਰ ਜਾਂਦੇ, ਵਿਪਤਾ ਹੀ ਬੜੀ ਆ ਗਈ। ਯਿਸੂ ਮਸੀਹ ਤੇ ਵਿਪਤਾ ਨਹੀਂ ਸੀ ਆਈ, ਉੱਥੇ ਪਰਤਾਵੇ ਨਹੀਂ ਸੀ ਆਏ, ਜਿਰਮੀਆਂ ਤੇ ਦੁੱਖ ਨਹੀਂ ਸੀ ਆਇਆ, ਉਹਨੂੰ ਭੋਰੇ ਚ ਨਹੀਂ ਸਤਾਇਆ ਗਿਆ। ਸਾਰੇ ਬੋਲੋ, ਸਾਰਿਆਂ ਤੇ ਜਿੰਨੇ ਵੀ ਖੁਦਾ ਦੇ ਲੋਕ ਹੋਏ ਉਹ ਦੁੱਖਾਂ ਵਿੱਚ ਗਏ। ਬਾਈਬਲ ਲਿਖਿਆ ਜਿੰਨੇ ਭਗਤੀ ਨਾਲ ਉਮਰ ਕੱਟਣਾ ਚਾਹਣਗੇ ਸੋਈ ਉਹ ਸਤਾਏ ਜਾਣਗੇ। ਅਜੂਬ ਤੇ ਸਤਾ ਨਹੀਂ ਆਏ ਕਿ ਉਹ ਛੱਡ ਗਿਆ, ਕਿ ਉਹ ਬਿਪਤਾ ਵੇਖ ਕੇ ਭੱਜ ਗਿਆ, ਨਹੀਂ ਉਹਨੇ ਕਿਹਾ ਉਸੀ ਨੇ ਦੀਆ, ਉਸੀ ਨੇ ਲਿਆ, ਉਸੀ ਕਾ ਨਾਮ ਮੁਬਾਰਕ ਹੈ। ਕਿੰਨੇ ਖੁਸ਼ ਕਹਿਣ ਪਰ ਉਹ ਇਹ ਮਤ ਸੋਚੇ ਸ਼ਾਇਦ ਤੌਬਾ ਕਰ ਲਈ ਹੈ, ਸ਼ਾਇਦ ਬਸਮਾ ਪਾ ਲਿਆ ਤੇ ਹੁਣ ਅਸੀਂ ਬਿਲਕੁਲ ਬਸ ਸੈੱਟ ਹੈ। ਨਹੀਂ, ਇਹਦੇ ਵਿੱਚ ਬਿਪਤਾ ਵੀ ਹੈ, ਇਹ ਚ ਪਰਤਾਵੇ ਵੀ ਹੈ, ਇਹ ਚ ਪਰੇਸ਼ਾਨੀਆਂ ਵੀ ਹੈ, ਇਹ ਚ ਲਚਾਰੀਆਂ ਵੀ, ਟੈਨਸ਼ਨਾਂ ਆਉਣੀਆਂ ਹੀ ਆਉਣੀਆਂ। ਤੁਸੀਂ ਕਦੀ ਨਹੀਂ ਕਹਿ ਸਕਦੇ ਆ ਵੀ ਨੀ ਮੇਰੀ ਲੋੜ ਪੂਰੀ, ਆ ਵੀ ਨੀ ਹੋਈ, ਮੈਂ ਤੇ ਕਹਿੰਦੀ ਹੋ ਜਾਣੀ ਆ। ਹੋ ਜਾਣੀ ਆ, ਤੁਸੀਂ ਤੁਰੇ ਜਾਓ, ਚੀਜ਼ ਵੱਲ ਤੁਰੇ ਜਾਓ, ਤੁਸੀਂ ਹਟਿਓ ਨਾ। ਕੀ ਹੰਨਾ ਹਟ ਗਈ, ਕੀ ਅਬਰਾਹਮ ਹਟ ਗਿਆ, ਕੀ ਨੇਚਾ ਦੇ ਸੂਰਬੀਰ ਜੋਧੇ ਨਹੀਂ ਬਣੇ ਉਹ ਲੋਕ ਬਣੇ ਆ, ਕੀ ਹਨੋਕ ਚੱਲਦਾ ਅਲੋਪ ਹੋ ਗਿਆ, ਇੰਨੀ ਭਗਤੀ ਵੱਧ ਗਈ। ਉਹਨਾਂ ਨੇ ਅੰਡੇ ਚੀਜ਼ ਵੱਲ ਨੂੰ ਵਧਣਾ ਸ਼ੁਰੂ ਕੀਤਾ ਸੀ, ਉਹਨਾਂ ਨੂੰ ਪਤਾ ਸੀ ਇੱਕ ਦਿਨ ਉਠਾਏ ਜਾਣੇ, ਉਹਨਾਂ ਨੂੰ ਪਤਾ ਇੱਕ ਦਿਨ ਰੱਬ ਦੀ ਹਜ਼ੂਰੀ ਚਲੇ ਜਾਣਾ। ਅੱਜ ਅਸੀਂ ਵੀ ਉਹ ਚੀਜ਼ ਨੂੰ ਪਾਉਣੇ, ਅੱਜ ਅਸੀਂ ਵੀ ਉਹ ਦੌੜ ਵਾਲੇ,